ਓਏ ਤੇਰੇ ਦਰ ਤੇ ਮੈਂ ਦਾਮਨ ਫੈਲਾ ਦਿੱਤਾ ਖੈਰ ਕਰਮ ਦੀ ਝੋਲੀ ਵਿੱਚ ਪਾ ਰੱਬਾ ਅਖੇ ਮੇਰੇ ਮੌਲਾ ਇੱਕ ਇਹਸਾਨ ਹੋਰ ਕਰ ਦਿਓ ਕਿਹੜਾ ਓਏ ਓ ਇਸ਼ਕ ਅਪਣਾ ਤੇ ਆਪਣੇ ਰਸੂਲ ਵਾਲਾ ਓ ਲੂਨ ਲੂਨ ਦੇ ਵਿੱਚ ਸਮਾ ਰੱਬਾ ਓ ਸਦਕੇ ਨਬੀ ਨੇ ਕਹਿਦਾ ਰਸ਼ੀਦ ਐਸਾ ਤੇ ਕਦੂਆ ਕਰੀ ਮੇ
سونا کیونکہ او بخشنہار ہے گناہگاراں نے گناہ معاف کرنا ہے اس نشان ہے بخشن تے آوے جے رب سونا وہ نا کردار تکدا نا امال تکدا نا او تکدائی او سونیا سورتانو اس نے یوسف نا ابھی بلال تکدا خطاب کر کے علا سورت